ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮਸਰਾਲਾ ਵਿਖੇ ਉਸ ਸਮੇਂ ਮਾਤਮ ਛਾ ਗਿਆ ਜਦੋਂ ਪਿੰਡ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਪ ਸਥਾਨ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗਰੀਬ ਦਾਸ ਦੀ ਗੱਦੀ ਨਸ਼ੀਨ ਬਾਬਾ ਗੁਰਸੇਵਕ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਮਸਰਾਲਾ ਨੇ ਦੱਸਿਆ ਹੈ ਕਿ ਉਹਨਾਂ ਦਾ ਬੇਟਾ ਅਮਨਪਾਲ ਸਿੰਘ ਗੋਪੀ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਸਟੱਡੀ ਵਿਖੇ ਸਨ 2019 ਵਿੱਚ ਗਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਸਤੰਬਰ 2023 ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਸਰਾਲਾ ਵਿਖੇ ਆਇਆ ਸੀ। ਕੁਝ ਸਮਾਂ ਰਹਿਣ ਤੋਂ ਬਾਅਦ ਵਾਪਸ ਕੈਨੇਡਾ ਚਲਾ ਗਿਆ ਸੀ ਤੇ ਉਹਨਾਂ ਦੱਸਿਆ ਕਿ ਉਸਨੇ ਦੁਬਾਰਾ ਭਾਰਤ ਆਉਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਸੀ ਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ, ਪਰ ਬੀਤੇ ਦਿਨ 26 ਦਸੰਬਰ ਨੂੰ ਕਰੀਬ 1 ਵਜੇ ਦੁਪਹਿਰੇ ਘਰ ਵਿੱਚ ਅਚਾਨਕ ਉਸਨੂੰ ਦਿਮਾਗ ਦੀ ਨਾੜੀ ਫਟ ਗਈ ਅਤੇ ਉਸਦੇ ਕੰਨਾਂ ਦੇ ਵਿੱਚ ਖੂਨ ਨਿਕਲਣਾ ਸ਼ੁਰੂ ਹੋ ਗਿਆ। ਉਸਦੇ ਦੋਸਤਾਂ ਵੱਲੋਂ ਤੁਰੰਤ ਉਸਨੂੰ ਮੈਡੀਕਲ ਸਹੂਲਤ ਦੇਣ ਲਈ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਇਲਾਜ ਦੌਰਾਨ ਹੀ ਉਸਦੇ ਬੇਟੇ ਦੀ ਮੌਤ ਹੋ ਗਈ। ਇਸ ਤਰ੍ਹਾਂ ਜੀ, ਉਹ ਪਹਿਲਾਂ ਆਪਰੇਸ਼ਨ ਕਰਾ ਕੇ ਇੱਥੋਂ ਗਿਆ ਸੀ, 2 ਮਹੀਨੇ ਪਹਿਲਾਂ ਆਪਰੇਸ਼ਨ ਕਰਾ ਗਿਆ ਸੀ। ਉਹਦੇ ਕੰਨ ਦਰਦ ਫਿਰ ਦੁਬਾਰਾ ਸਟਾਰਟ ਹੋਈ, ਅਸੀਂ ਤੇ ਇਹ ਕਿਹਾ ਵੀ ਦੁਬਾਰਾ ਮੁੜਿਆ ਤੂੰ ਆ ਜਾ ਕੋਈ ਗੱਲ ਨੀ। ਪਰ ਉਹ ਟਿਕਟ ਕਰਾਉਂਦਾ, ਕਦੀ 18 ਦੀ ਕਰਾ ਲਾ, ਕਦੀ 20 ਦੀ ਕਰਾ ਲਾ, ਉਸ ਤੋਂ ਬਾਅਦ ਉਹਨੇ 26 ਦੀ ਕਰਾਈ। 26 ਤੋਂ ਬਾਅਦ ਉਹਦੀ ਜਿਹੜੀ ਟੈਚੀ ਟੂਚੀ ਸਾਰੇ ਪੈਕ ਕਰ ਲਏ ਨੇ ਤੇ ਆਉਣ ਲੱਗਾ ਵਾ। ਉਹ ਆਉਂਦਾ ਵੀ ਮੈਨੂੰ ਉਲਟੀ ਜੀ ਆਈ ਆ, ਉਲਟੀ ਜੀ ਕੀਤੀ, ਉਸ ਤੋਂ ਬਾਅਦ ਉਹਨੂੰ ਅਟੈਕ ਆ ਗਿਆ ਵਾ ਤੇ ਉਸ ਤੋਂ ਬਾਅਦ ਉਹ ਐਂਬੂਲੈਂਸ ਆਈ ਆ, 2-4 ਮਿੰਟ ਦੇ ਵਿੱਚ ਉਹਨੂੰ ਲੈ ਗਈ ਹੈ। ਉਸ ਤੋਂ ਬਾਅਦ ਜੋ ਟ੍ਰੀਟਮੈਂਟ ਉੱਥੇ ਹੋਇਆ ਟੋਰਾਂਟੋ ਦੇ ਵਿੱਚ, ਉਹ ਡਾਕਟਰਾਂ ਨੇ ਕੀਤਾ ਵਾ। ਉਸ ਤੋਂ ਬਾਅਦ ਉਸਦੀ ਡੈਥ ਹੋ ਗਈ। ਕਿਹੜੀ ਸਨ 'ਚ ਗਿਆ ਸੀ? ਸਾਨੂੰ 2019 ਦੇ ਵਿੱਚ ਗਿਆ ਸੀ। ਕਿਹੜੀ ਸਿਟੀ ਜੀ? ਬ੍ਰਮਟਨ ਗਿਆ, ਬ੍ਰਮਟਨ ਗਿਆ ਸੀ। ਕਿੰਨੀ ਏਜ? ਕਿੰਨੀ? 24 ਸਾਲ ਦੀ ਏਜ ਜੀ। ਡੈਥ ਹੋਣ ਤੋਂ ਪਹਿਲਾਂ 1 ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ, ਉਸ ਤੋਂ ਬਾਅਦ ਉਹਦੀ ਕੋਈ ਗੱਲ ਨਹੀਂ। ਮੈਸੇਜ ਆਉਂਦੇ ਸੀ ਉਹਦੇ, ਉਸ ਤੋਂ ਬਾਅਦ ਮੈਸੇਜ ਆਉਣੇ ਵੀ ਬੰਦ ਹੋ ਗਏ। ਮੈਰਿਡ ਕਿ ਅਨਮੈਰਿਡ? ਅਨਮੈਰਿਡ। ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ, ਭਾਰਤ ਸਰਕਾਰ ਨੂੰ ਜਾਂ ਆਪਣੀ ਪੰਜਾਬ ਸਰਕਾਰ ਨੂੰ? ਭਾਰਤ ਸਰਕਾਰ ਨੂੰ ਬਈ ਇਹ ਅਪੀਲ ਕਰਦੇ ਹਾਂ ਵੀ ਇੱਥੇ ਕੰਮ ਬਾਹਰ ਵਧੀਆ ਹੋਏ ਤੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ। ਜੇ ਇੱਥੇ ਕੰਮ ਨਹੀਂ ਤੇ ਫਿਰ ਬਾਅਦ 'ਚ ਬੱਚੇ ਧੱਕੇ ਖਾਂਦੇ ਬਾਹਰ ਤੁਰੇ ਫਿਰਦੇ ਨੇ, ਮਜਬੂਰੀਆਂ ਕਰਕੇ ਜਾਣਾ ਪੈਂਦਾ, ਉੱਦਾਂ ਕੋਈ ਲੋੜ ਨਹੀਂ। ਇਹੀ ਅਪੀਲ ਕਰਦੇ ਵੀ ਇੱਥੇ ਕੋਈ ਕਾਰੋਬਾਰ ਦੇ ਸਾਧਨ ਵਧੀਆ ਹੋਣ ਤੇ ਬੱਚਿਆਂ ਨੂੰ, ਮਾਂ ਪਿਓ ਨੂੰ ਤੰਗੀਆਂ ਨਾ ਆਉਣ ਬਾਅਦ ਦੇ ਵਿੱਚ, ਇਹੀ ਅਪੀਲ ਕਰਦੇ ਹਾਂ। ਕੀ ਕਾਰਨ ਕਿ ਆਏ ਦਿਨ ਸਾਨੂੰ ਖਬਰਾਂ ਮਿਲਦੀਆਂ ਵੀ ਕੈਨੇਡਾ ਜਾਂ ਫੋਰਨ ਕੰਟਰੀ ਤੋਂ ਐਸੇ ਹੀ ਮੰਦਭਾਗੀ ਘਟਨਾਵਾਂ ਹੋ ਰਹੀਆਂ, ਕੀ ਕਾਰਨ ਲੱਗਦਾ ਤੁਹਾਨੂੰ? ਇਹੀ ਕਾਰਨ ਆ ਜੀ, ਕੀ ਕਰਨਾ ਵੀ ਕੰਮ ਇੱਥੇ ਹੈ ਨਹੀਂ ਹੈ, ਉੱਥੇ ਵਿਚਾਰੇ ਬੱਚੇ ਧੱਕੇ ਖਾਂਦੇ ਫਿਰਨੇ। ਤੁਸੀਂ ਦੇਖ ਰਹੇ ਬਾਹਰ ਦੇ ਦੇਸ਼ਾਂ 'ਚ ਕਿਹੜਾ ਕੰਮ ਕੋਈ ਹੈਗਾ, ਹੈਗਾ ਕੋਈ ਕੰਮ ਤਾਂ ਹੈ ਨਹੀਂ ਹੈ ਜੀ। ਕਿਸੇ ਤੋਂ ਪੁੱਛ ਲਓ, ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲ ਰਿਹਾ, ਕੋਈ ਮੇਰਾ ਬੱਚਾ ਵਿਹਲਾ ਬੈਠਾ, ਕੋਈ ਕੁਛ ਕਰ ਰਿਹਾ। ਜੇ ਇੱਥੇ ਕੰਮ ਹੋਣ ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ। ਇਹੀ ਅਪੀਲ ਕਰਦੇ ਹਾਂ ਸਰਕਾਰਾਂ ਨੂੰ।